ਬਰਨਾਲਾ ਦੇ ਪਿੰਡ ਚੀਮਾ ਚ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਚ ਦੇਰ ਰਾਤ ਲੁਟੇਰਿਆਂ ਨੇ ਸੇਂਧਮਾਰੀ ਕਰਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਪੀੜਿਤ ਚੌਕੀਦਾਰ ਨੇ ਮੀਡੀਆ ਸਾਹਮਣੇ ਘਟਨਾ ਦੀ ਆਪ ਬੀਤੀ ਦੱਸੀ। ਰਾਜ ਤਿੰਨ ਬੰਦੇ ਆਏ ਆ, ਮੇਰਾ ਗੇਟ ਭੰਨ ਕੇ ਮੈਨੂੰ ਦੱਬ ਕੇ ਲਿਜਾ ਕੇ ਉਹ ਕਮਰੇ 'ਚ ਬੰਦ ਕਰਤਾ ਜੀ। ਦੋ ਥੱਪੜ ਮਾਰਿਆ ਮੇਰੇ। ਕਿੰਨੇ ਵਜੇ ਦੀ ਗੱਲ ਹੈ? ਇਹ 1:30 ਵਜੇ ਦੀ ਗੱਲ ਹੈ ਜੀ। ਕੀ ਕਹਿੰਦੇ? ਕੁਛ ਬੋਲੇ ਅੰਦਰ? ਕੁਛ ਨਹੀਂ ਹੋਰ ਬੋਲੇ ਜੀ। ਮੂੰਹ ਬੰਨੇ ਹੋਏ ਸੀ? ਮੂੰਹ ਬੰਨੇ ਹੋਏ ਸੀਗੇ ਜੀ। ਕਿੱਡੇ ਕਿੱਡੇ ਸੀਗੇ? ਸੀਗੇ 20-22 ਸਾਲ ਦੇ ਸੀਗੇ ਜੀ। ਸੂਚਨਾ ਮਿਲਣ ਤੋਂ ਬਾਅਦ ਬੈਂਕ ਮੈਨੇਜਰ ਬ੍ਰਾਂਚ ਪਹੁੰਚੇ, ਜਿਨ੍ਹਾਂ ਨੇ ਦੱਸਿਆ ਕਿ ਲੁਟੇਰੇ ਬੈਂਕ ਦੇ ਲੌਕਰ ਨੂੰ ਤੋੜਨ 'ਚ ਤਾਂ ਨਾਕਾਮ ਰਹੇ, ਪਰੰਤੂ ਬੈਂਕ ਦੀ LED ਲੈ ਗਏ। ਮਤਲਬ ਸਾਨੂੰ ਸਵੇਰੇ ਉੱਥੋਂ ਪਿੰਡ ਤੋਂ ਫੋਨ ਗਿਆ, ਮਤਲਬ ਸਰਪੰਚ ਦਾ ਸਾਡੇ ਫੀਲਡ ਅਫਸਰ ਨੂੰ, ਅਤੇ ਫੀਲਡ ਅਫਸਰ ਨੇ ਮੈਨੂੰ ਫੋਨ ਕੀਤਾ ਕਿ ਚੋਰੀ ਦੀ ਵਾਰਦਾਤ ਹੋ ਗਈ ਹੈ। ਜਿਸ ਤਰ੍ਹਾਂ ਅਸੀਂ ਇੱਥੇ ਬ੍ਰਾਂਚ ਦੇ ਵਿੱਚ ਪਹੁੰਚੇ ਹਾਂ 7:15 ਵਜੇ, ਅਤੇ ਫਿਰ ਚੌਂਕੀਦਾਰ ਨੂੰ ਉਹਨਾਂ ਨੇ ਅੰਦਰ ਜੋ ਹੈ ਕਮਰੇ 'ਚ ਬੰਦ ਕਰ ਦਿੱਤਾ, ਅਤੇ ਪਿਛਲੇ ਸਕੂਲ ਦੀ ਸਾਈਡ 'ਤੇ ਜਿਹੜਾ ਪਾੜ ਲਾ ਕੇ ਬੈਂਕ ਦੇ ਅੰਦਰ ਆ ਗਏ, ਅਤੇ ਅੰਦਰ ਭੰਨ ਤੋੜ ਕੀਤੀ ਹੈ ਕਾਫੀ, ਅਤੇ ਸਾਰੀ ਉਹਨਾਂ ਨੇ ਦਰਾਜ ਦਰੂਜ ਖੋਲ੍ਹ ਕੇ ਦੇਖੇ, ਅਤੇ ਜੋ ਕੈਮਰੇ ਵਗੈਰਾ ਦੀ ਭੰਨ ਤੋੜ ਕੀਤੀ, ਅਤੇ ਇੱਕ LCD ਜਿਹੜੀ ਹੈਗੀ ਉਹ ਲੈ ਗਏ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲੇਰੀ ਜਾਂਚ ਸ਼ੁਰੂ ਕੀਤੀ। ਇਹ ਸਵੇਰੇ 6 ਵਜੇ ਦੇ ਕਰੀਬ ਸਰਪੰਚ ਦਾ ਫੋਨ ਆਇਆ ਸੀ ਚੀਮੇ ਤੋਂ, ਸਟੇਟ ਬੈਂਕ ਆਫ ਇੰਡੀਆ ਦੀ ਜਿਹੜੀ ਬ੍ਰਾਂਚ ਆ ਚੀਮਾ ਪਿੰਡ, ਉਹਦੇ ਪਿਛਲੇ ਪਾਸੇ ਸਕੂਲ ਦੇ ਨਾਲ ਉਹਦੀ ਪਿੱਠ ਲੱਗਦੀ ਹੈ, ਉਹਦੀ ਕੰਧ ਪੜ ਕੇ ਉਹਦੇ ਵਿੱਚ ਐਂਟਰੀ ਹੋਈ ਹੋਈ ਹੈ। ਜਦੋਂ ਆ ਕੇ ਅਸੀਂ ਚੈੱਕ ਕੀਤਾ, ਚੌਕੀਦਾਰ ਤੋਂ ਪੁੱਛਿਆ, ਉਹ ਕਹਿੰਦਾ ਵੀ 2-3 ਬੰਦੇ ਸੀਗੇ, ਮੈਨੂੰ ਉਹਨਾਂ ਨੇ ਇੱਕ ਰੂਮ 'ਚ ਬੰਦ ਕਰਤਾ, ਅਤੇ ਆਪ ਉਹ ਕੰਧ ਤੋੜ ਕੇ ਬੈਂਕ ਦੇ ਐਂਟਰ ਹੋ ਗਏ। ਅੰਦਰ ਉਹਦੀ ਕੈਮਰੇ ਲੱਗੇ, ਉਹ ਅਸੀਂ ਖੰਗਾਲ ਰਹੇ ਹਾਂ, ਇਹਦੀ ਤਫਤੀਸ਼ ਜਾਰੀ ਹੈ। ਜ਼ਿਕਰ ਹੈ ਖਾਸ ਹੈ ਕਿ ਦਿਨ ਬ ਦਿਨ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਪੁਲਿਸ ਦੀ ਨਾਕਾਮੀ ਸਾਬਿਤ ਕਰਦੀਆਂ ਨੇ, ਸੋ ਜ਼ਰੂਰਤ ਹੈ ਪੁਲਿਸ ਨੂੰ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਣ ਦੀ। ਬਰਨਾਲਾ ਤੋਂ ਕਮਲਜੀਤ ਸਿੰਘ ਸੰਧੂ ਦੀ ਰਿਪੋਰਟ।